ਕੈਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਇੱਥੇ ਨਿਆਗਰਾ ਫਾਲ ਵਿੱਚ ਡਿਗਨ ਕਾਰਨ ਜਲੰਧਰ ਦੇ ਲੋਈਆਂ ਖਾਸ ਦੀ ਰਹਿਣ ਵਾਲੀ 21 ਸਾਲਾ ਲੜਕੀ ਦੀ ਦਰਦਨਾਕ ਮੌਤ ਹੋ ਗਈ ਲੜਕੀ ਦੀ ਪਛਾਣ ਪੂਨਮ ਦੀਪਕੌਰ ਵਾਸੀ ਪਿੰਡ ਫੁਲਕ ਦੁਵਾਲ ਲੋਈਆਂ ਖਾਸ ਵਜੋਂ ਹੋਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਪੂਨਮ ਦੀਪਕੌਰ ਪੜਾਈ ਕਰਨ 1.5 ਸਾਲ ਪਹਿਲਾਂ ਕੈਨੇਡਾ ਗਈ ਸੀ ਵਿੱਤੇ ਦਿਨ ਸਹੇਲੀਆਂ ਨਾਲ ਨਿਆਗਰਾ ਫਾਲ ਤੇ ਘੁੰਮਣ ਗਈ ਇਸ ਦੌਰਾਨ ਅਚਾਨਕ ਉਹ ਡੂੰਘੇ ਪਾਣੀ ਵਿੱਚ ਡਿੱਗ ਗਈ ਲੜਕੀ ਦੇ ਪਿਤਾ ਮਨੀਲਾ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਲਈ ਲੰਬੇ ਸਮੇਂ ਤੋਂ ਗਏ ਹੋਏ ਨੇ ਜਵਾਨ ਲੜਕੀ ਦੀ ਮੌਤ ਦੀ ਖਬਰ ਸੁਣਦੈ ਪਰਿਵਾਰ ਵਿੱਚ ਮਾਤਮ ਛਾ ਗਿਆ